ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਕਿ ਹਰ ਰੋਜ਼ ਇਸ ਸਮੇਂ ਅਸੀਂ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਚਰਚਾ ਕਰਦੇ ਹਾਂ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਕਿ ਜਿਹੜਾ SC ST ਐਕਟ ਦੀ ਬੜੀ ਚਰਚਾ 'ਚ ਰਿਹਾ, ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਕਾਨੂੰਨ ਜਿਹੜਾ ਬਣਿਆ ਹੋਇਆ, ਉਹ ਵਿਵਾਦ ਦੇ ਵਿੱਚ ਪਿਛਲੇ ਦਿਨੀ ਆਇਆ ਜਦੋਂ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਦਿੱਤੀ। ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟ ਹੈ, ਤੁਹਾਨੂੰ ਸਭ ਨੂੰ ਪਤਾ, ਉਹਦੇ 'ਚ ਇਹ ਕਿਹਾ ਗਿਆ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੇਸ ਆਉਂਦਾ, ਜਦੋਂ ਕੋਈ ਕਿਸੇ ਦਾ ਜਾਤੀ ਸੂਚਕ ਨਾਮ ਨਾਲ ਕਿਸੇ ਦੀ ਬੇਇੱਜ਼ਤੀ ਕਰਦਾ ਅਤੇ ਉਸ ਵੇਲੇ ਪਹਿਲਾਂ ਸਿੱਧੀ FIR ਲੌਂਚ ਹੁੰਦੀ ਸੀ। ਜਿਹੜੀ ਨਵੀਂ ਜੱਜਮੈਂਟ ਆਈ ਹੈ ਉਹਦੇ ਮੁਤਾਬਕ ਇਹ ਕਿਹਾ ਗਿਆ, ਸੁਪਰੀਮ ਕੋਰਟ ਨੇ ਕਿਹਾ ਕਿ ਕੋਈ DSP ਲੈਵਲ ਦਾ ਕੋਈ ਬੰਦਾ ਪਹਿਲਾਂ ਇਨਕੁਆਇਰੀ ਕਰੇਗਾ ਅਤੇ ਫਿਰ ਜਿਹੜੀ ਹੈ ਉਸ 'ਤੇ ਜਿਹੜੀ FIR ਲੌਂਚ ਹੋ ਸਕਦੀ ਹੈ। ਜਾਂ ਦੂਸਰਾ ਉਹਨਾਂ ਨੇ ਇਹ ਵੀ ਕਿਹਾ ਸੁਪਰੀਮ ਕੋਰਟ ਨੇ ਕਿ ਬਹੁਤ ਵਾਰ ਬੇਗੁਨਾਹ ਜਿਹੜੇ ਨੇ ਉਹ ਇਹਦੇ 'ਚ ਆ ਜਾਂਦੇ, ਇਸ ਕਰਕੇ ਇਨਕੁਆਇਰੀ ਵੀ ਜ਼ਰੂਰੀ ਹੈ ਅਤੇ ਖਾਸ ਤੌਰ 'ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਜੇ ਕਿਤੇ ਇਸ ਤਰ੍ਹਾਂ ਦਾ ਕੇਸ ਹੁੰਦਾ ਤਾਂ ਜਿਹੜੇ ਅਫਸਰ ਦੀ ਆਗਿਆ ਤੋਂ ਬਿਨਾਂ FIR ਲੌਂਚ, ਉਹਦੇ ਖਿਲਾਫ਼ ਜਿਹੜਾ ਕੇਸ ਨਹੀਂ ਦਰਜ ਹੋਏਗਾ। ਇਸ ਕਿਸਮ ਦੀ ਜਿਹੜੀ ਹੈ ਜੱਜਮੈਂਟ ਆਈ ਹੈ। ਹਾਲਾਂਕਿ ਇਹ ਜੇ ਅਸੀਂ ਬੈਕਗਰਾਊਂਡ 'ਚ ਜਾਈਏ ਤਾਂ ਮਹਾਰਾਸ਼ਟਰ ਦੇ ਇੱਕ ਜਿਹੜੇ ਸੀ, ਉਹਨਾਂ ਦਾ ਨਾਮ ਸੀ ਸੁਭਾਸ ਕਾਸ਼ੀਨਾਥ, ਉਹਨਾਂ ਨੇ ਮਹਾਜਨ, ਉਹਨਾਂ ਨੇ ਕੇਸ ਇਹ ਕੀਤਾ ਸੀ ਜਿਹਦੇ ਕਾਰਨ ਸੁਪਰੀਮ ਕੋਰਟ ਨੂੰ ਇਹ ਜੱਜਮੈਂਟ ਦੇਣੀ ਪਈ। ਉਹ ਕਾਸ਼ੀ ਸਾਹਿਬ ਤਾਂ ਇਹ ਵੀ ਕਹਿ ਰਹੇ ਨੇ ਕਿ ਮੈਨੂੰ ਨਹੀਂ ਪਤਾ ਸੀ ਇਹ ਇੱਕ ਰਾਜਨੀਤਿਕ ਟਰਨ ਲੈ ਜੂਗਾ ਕੇਸ, ਲੇਕਿਨ ਸੁਪਰੀਮ ਕੋਰਟ ਨੇ ਕਿਹਾ ਕਿ ਇਹਦੇ ਨਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਜਿਹੜੇ ਬੇਗੁਨਾਹ ਫਸਦੇ ਨੇ। ਇਸ ਕਿਸਮ ਦੀ ਗੱਲ ਵੀ ਸੁਪਰੀਮ ਕੋਰਟ ਦੇ ਜਿਹੜੀ ਹੈ ਉਹਨਾਂ ਨੇ ਟਿੱਪਣੀ ਕੀਤੀ। ਸੋ ਇਸ ਸਾਰੇ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜਾ ਦਲਿਤ ਭਾਈਚਾਰੇ ਨੂੰ ਇਉਂ ਲੱਗਿਆ ਕਿ ਇਸ ਜਿਹੜਾ ਕਿ ਇਹ ਜੱਜਮੈਂਟ ਆਉਣ ਨਾਲ ਇਹ ਐਕਟ ਹੈ ਜਿਹੜਾ ਇਹ ਡਿਲੀਊਟ ਹੋ ਗਿਆ, ਇਹ ਨਰਮ ਹੋ ਗਿਆ। ਉਹਦੇ ਖਿਲਾਫ਼ 2 ਅਪ੍ਰੈਲ ਨੂੰ ਬੰਦ ਹੋਇਆ ਅਤੇ ਬੰਦ 'ਚ ਸਾਰੇ ਹਿੰਦੁਸਤਾਨ ਦੇ ਵਿੱਚ ਬੰਦ ਤਾਂ ਕੰਪਲੀਟ ਰਿਹਾ, ਲੇਕਿਨ ਕਾਫ਼ੀ ਸਟੇਟਸ ਦੇ ਵਿੱਚ ਹਿੰਸਾ ਵੀ ਦੇਖਣ ਨੂੰ ਮਿਲੀ, 8-9 ਜਿਹੜੀਆਂ ਮੌਤਾਂ ਵੀ ਹੋਈਆਂ। ਸੋ ਇਹ ਸਾਰੇ ਦੇ ਵਿੱਚ ਅੱਜ ਅਸੀਂ ਇਹ ਚਰਚਾ ਕਰਨੀ ਕਿ ਵਿਵਾਦ ਕਿੰਨਾ ਕੁ ਸਹੀ ਹੈ, ਕਿਉਂਕਿ ਦੂਜੇ ਪਾਸੇ ਜਦੋਂ ਇਹ ਦਲਿਤ ਭਾਈਚਾਰਾ ਕਹਿ ਰਿਹਾ ਕਿ ਇਹ ਜਿਹੜਾ ਹੈ ਡਿਲੀਊਟ ਕਰ ਦਿੱਤਾ ਗਿਆ ਹੈ ਕਾਨੂੰਨ, ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਉਹਨਾਂ ਨੇ ਰਿਵਿਊ ਪਟੀਸ਼ਨ ਜਿਹੜੀ ਹੈ ਸਰਕਾਰ ਕੇਂਦਰ ਸਰਕਾਰ ਵੱਲੋਂ ਦਾਖਲ ਕੀਤੀ ਗਈ ਹੈ ਜਿਹਦੇ ਹਾਲੇ ਸੁਣਵਾਈ ਹੋਣੀ ਹੈ। ਔਰ ਇਸ ਸਾਰੇ ਦੇ ਵਿੱਚ ਇਹ ਵਿਵਾਦ ਜਿਹੜਾ ਹਾਲੇ ਚੱਲ ਰਿਹਾ ਇਹ ਕਿੰਨਾ ਕੁ ਸਹੀ ਹੈ, ਇਹਦੇ ਬਾਰੇ ਚਰਚਾ ਕਰਨ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਕੁਛ ਵਿਦਵਾਨ ਆਏ ਨੇ, ਮੈਂ ਤੁਹਾਡਾ ਉਹਨਾਂ ਨਾਲ ਤਾਰਫ ਕਰਾਉਣਾ। ਦਰਸ਼ਕ ਨੇ, ਸੀਨੀਅਰ ਪੱਤਰਕਾਰ ਨੇ, ਐਡਵੋਕੇਟ ਮਨਿੰਦਰ ਸਿੰਘ ਭੰਦੇਰ ਨੇ, ਨੌਜਵਾਨ ਵਕੀਲ ਨੇ, ਕਾਫ਼ੀ ਦਿਲਚਸਪੀ ਰੱਖਦੇ ਨੇ ਜਿਹੜੇ ਇਹ ਚਲੰਤ ਮਾਮਲਿਆਂ ਦੇ। ਇਸੇ ਤਰ੍ਹਾਂ ਤਹਿਸੀਲਦਾਰ ਰਹੇ, ਅੱਜ ਕੱਲ੍ਹ ਐਡਵੋਕੇਟ ਨੇ ਤਹਿਸੀਲਦਾਰੀ ਛੱਡ ਕੇ, ਦਰਸ਼ਨ ਸਿੰਘ ਸਿੱਧੂ, ਤੁਹਾਡਾ ਸਭ ਦਾ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਦਰਸ਼ਨ ਜੀ, ਜਿਸ ਤਰ੍ਹਾਂ ਮੈਂ ਗੱਲ ਕੀਤੀ ਸ਼ੁਰੂ 'ਚ, ਤੁਸੀਂ ਸੀਨੀਅਰ ਪੱਤਰਕਾਰ ਹੋ, ਤੁਸੀਂ ਕੀ ਸਮਝਦੇ ਹੋ ਇਹ ਵਿਵਾਦ ਕਿੰਨਾ ਕੁ ਸਹੀ ਹੈ? ਇਹ ਜਿਹੜਾ ਪਿਛਲੇ ਦਿਨ ਵਿਵਾਦ ਸ਼ੁਰੂ ਹੋਇਆ ਇਹਦੇ ਦੌਰਾਨ ਜਿਹੜਾ ਬੰਦ ਹੋਇਆ, ਬੰਦ ਦੇ ਦੌਰਾਨ ਹਿੰਸਾ ਵੀ ਭੜਕੀ ਜੀ। ਇਹ ਅਸਲ ਦੇ ਵਿੱਚ ਜਿਹੜਾ ਦਲਿਤ ਭਾਈਚਾਰਾ ਹੈ, ਜਿਹੜਾ ਇਹ ਕਾਨੂੰਨ ਸੁਪਰੀਮ ਕੋਰਟ ਨੇ ਜਿਸ ਦਾ ਜਿਹੜਾ ਫੈਸਲਾ ਦਿੱਤਾ ਹੈ, ਪੂਰੇ ਹਿੰਦੁਸਤਾਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੇ ਕਿ ਉਹਨਾਂ ਨੂੰ ਅਪਮਾਨਿਤ ਕਰਦੀਆਂ ਨੇ। ਬਿਲਕੁਲ, ਪੂਰੇ ਦੇਸ਼ ਦੇ ਅੰਦਰ ਇਹੋ ਜਿਹੀਆਂ ਘਟਨਾਵਾਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਇੱਕ ਕਹਿੰਦੇ ਆਮ ਜੇ ਅੰਕੜਾ ਮਤਲਬ ਪੇਸ਼ ਕੀਤਾ ਜਾਵੇ, ਇਹ ਦੱਸਿਆ ਜਾਂਦਾ ਹੈ ਕਿ ਹਰ ਹਫ਼ਤੇ 11 ਦਲਿਤ ਜਿਹੜੇ ਹੈਗੇ ਆ ਮਾਰੇ ਜਾਂਦੇ ਆ। ਠੀਕ ਹੈ ਜੀ, ਘੋੜਾ ਰੱਖਣ ਕਰਕੇ ਹੁਣ ਮਾਰਿਆ ਗਿਆ ਇੱਕ ਦਲਿਤ ਜਿਹੜਾ ਹੈਗਾ, ਇੱਕ ਦਲਿਤ ਦੇ ਖਿਲਾਫ 15 ਮਿੰਟ ਦੇ ਵਿੱਚ ਕੋਈ ਨਾ ਕੋਈ ਅੱਤਿਆਚਾਰ ਹੁੰਦਾ ਹੈ। ਜਿਹੜਾ ਮੋਦੀ ਸਾਹਿਬ ਹੈ ਉਹਨਾਂ ਦਾ ਜਿਹੜਾ ਗੁਜਰਾਤ ਸੂਬਾ ਹੈ ਉਹਦੇ ਵਿੱਚ ਇੱਕ ਦਲਿਤ ਨੂੰ ਇਸ ਗੱਲ ਕਰਕੇ ਮਾਰ ਦਿੱਤਾ ਜਾਂਦਾ ਹੈ ਕਿਉਂਕਿ ਉਸਨੇ ਘੋੜਾ ਰੱਖ ਲਿੱਤਾ। ਇਸੇ ਪ੍ਰਕਾਰ ਉੱਥੇ ਦਲਿਤਾਂ ਦੇ ਖਿਲਾਫ ਮਤਲਬ ਹਿੰਸਾ ਇਸ ਗੱਲ ਕਰਕੇ ਹੋਈ ਕਿਉਂਕਿ ਉਹਨਾਂ ਨੇ ਰਾਜਪੂਤਾਂ ਵਾਂਗੂ ਮੁੱਛਾਂ ਰੱਖ ਲਈਆਂ। ਇਸੇ ਪ੍ਰਕਾਰ ਉਹ ਗਾਂ ਦੀ ਖਲ ਉਧੇੜ ਰਹੇ ਸੀਗੇ, ਉਹ ਮਰੀ ਹੋਈ ਦੀ ਉਹ ਉਹਨਾਂ ਨੂੰ ਕੁੱਟਿਆ, ਉਹਨਾਂ ਦੀ ਮਤਲਬ ਜਿਹੜੀ ਹੈਗੀ ਆ ਵੀਡੀਓ ਵੀ ਮਤਲਬ ਸੋਸ਼ਲ ਮੀਡੀਆ ਉੱਤੇ ਪੂਰੇ ਦੇਸ਼ ਦੇ ਅੰਦਰ ਇਸ ਗੱਲ। ਇਸੇ ਤਰੀਕੇ ਨਾਲ ਤੁਸੀਂ ਉੱਤਰ ਪ੍ਰਦੇਸ਼ ਦੇ ਵਿੱਚ ਦੇਖੋ, ਦਲਿਤ ਬੱਚੇ ਦੇ ਜਿਹੜੇ ਹੈਗੇ ਆ ਜਦੋਂ ਮਿਡ ਡੇ ਮੀਲ ਹੁੰਦਾ ਉਹਨਾਂ ਨੂੰ ਅਲੱਗ ਬਿਠਾਇਆ ਜਾਂਦਾ। ਰਾਜਸਥਾਨ ਦੇ ਵਿੱਚ ਘੋੜੀ ਦੇ ਵਿਆਹ ਦੇ ਮੌਕੇ ਘੋੜੀ ਦੇ ਉੱਤੇ ਨਹੀਂ ਚੜ੍ਹਨ ਦਿੱਤਾ ਜਾਂਦਾ, ਉਹ ਭਾਜਪਾ ਜਿੱਤਦੀ ਹੈ
ਕਈ ਸੂਬਿਆਂ ਦੇ ਵਿੱਚ ਅੰਬੇਦਕਰ ਦੇ ਪੁੱਤ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਇਸ ਗੱਲ ਕਰਕੇ ਇਕੱਲਾ ਇਹ ਐਕਟ ਨਹੀਂ, ਕਈ ਤਰ੍ਹਾਂ ਦੇ ਗੁੱਸੇ ਨੇ ਜੀ ਜਿਹੜੇ ਇਹ ਇਕੱਠੇ ਹੋ ਗਏ ਉਸ ਭਾਰਤ ਬੰਦ ਚ, ਉਹਦੇ ਵਿੱਚ ਜਿਹੜਾ ਹੈਗਾ ਇਹ ਮਤਲਬ ਇਹ ਹਿੰਸਾ ਹੋਈ। ਇਹ ਮਤਲਬ ਇਸ ਹਿੰਸਾ ਨੂੰ ਬਹੁਤ ਮੰਦਭਾਗੀ ਸੀ ਕਿਉਂਕਿ ਇਹਦੇ ਵਿੱਚ ਕਈ ਬੰਦੇ ਵੀ ਮਾਰੇ ਗਏ, ਪਰ ਇਹ ਹੈ ਵੀ ਇਹ ਇੱਕ ਤਰਕ ਸੀਗਾ ਇਹਨਾਂ ਕੋਲ। ਭੰਦੇਰ ਸਾਹਿਬ, ਤੁਸੀਂ ਇਹ ਗੱਲ ਸੁਣੀ ਕਿ ਇਹ ਗੱਲ ਰਿਪੋਰਟ ਹੋਈ ਪਿਛਲੇ ਦਿਨੀ ਗੁਜਰਾਤ ਦੇ ਇੱਕ ਪਿੰਡ ਦੇ ਵਿੱਚ, ਇਸ ਕਰਕੇ ਬੰਦਾ ਮਾਰਿਆ ਗਿਆ ਦਲਿਤ ਕਿ ਉਹਨੇ ਘੋੜਾ ਰੱਖਿਆ, ਔਰ ਇਹ ਵੀ ਗੱਲ ਹੈ ਕਿ ਉਹਨਾਂ ਦੇ ਮਨਾਂ ਦੇ ਵਿੱਚ ਹੈ ਵੀ ਇਹ ਜਿਹੜਾ ਐਕਟ ਹੈ ਡਿਲੀਟ ਹੋ ਗਿਆ। ਤੁਸੀਂ ਕੀ ਸਮਝਦੇ, ਸੱਚਮੁੱਚ ਐਕਟ ਡਿਲੀਟ ਹੋ ਗਿਆ? ਮੈਨੂੰ ਇਹ ਲੱਗਦਾ ਵੀ ਪਹਿਲਾਂ ਇਹ ਸੋਚਣ ਤੋਂ ਪਹਿਲਾਂ ਵੀ ਐਕਟ ਡਿਲੀਟ ਹੋਇਆ ਜਾਂ ਐਕਟ ਡਿਲੀਟ ਨਹੀਂ ਹੋਇਆ ਜੀ, ਆਪਾਂ ਨੂੰ ਜੋ ਸੁਪਰੀਮ ਕੋਰਟ ਦੀ ਜਜਮੈਂਟ ਹੈ ਇਹਨੂੰ ਚੰਗੀ ਤਰ੍ਹਾਂ ਸਮਝਣਾ ਪਏਗਾ ਜੀ। ਅੱਜ ਜ਼ਿਆਦਾਤਰ ਲੋਕਾਂ ਨੂੰ ਸੁਪਰੀਮ ਕੋਰਟ ਦੀ ਕੀ ਜਜਮੈਂਟ ਹੈ, ਕੀ ਸੁਪਰੀਮ ਕੋਰਟ ਨੇ ਕਿਹਾ, ਇਸ ਬਾਰੇ ਪਤਾ ਨਹੀਂ ਜੀ। ਆਮ ਲੋਕ ਇਹ ਗੱਲ ਸੋਚ ਰਹੇ ਨੇ ਵੀ ਪਤਾ ਨਹੀਂ ਸਾਡੀ ਰਿਜ਼ਰਵੇਸ਼ਨ ਖਤਮ ਹੋ ਗਈ ਜਾਂ ਸਾਡੇ ਬੱਚਿਆਂ ਦੇ ਅਧਿਕਾਰ ਖੋਲੇ ਗਏ ਨੇ, ਜਾਂ ਲੋਕਲ ਲੀਡਰ ਇਸ ਤਰ੍ਹਾਂ ਇਸ ਚੀਜ਼ ਨੂੰ ਦਿਖਾ ਰਹੇ ਨੇ ਵੀ ਇਸ ਨਾਲ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬਸ ਦੇ ਵਰਗ ਦੇ ਜਿਹੜੇ ਰਾਈਟਸ ਨੇ ਉਹ ਖੋਲੇ। ਸਭ ਤੋਂ ਪਹਿਲਾਂ ਤਾਂ ਜ਼ਰੂਰੀ ਇਹ ਹੈ ਇਸ ਜਜਮੈਂਟ ਦਾ ਪਤਾ ਹੋਣਾ ਵੀ ਜਜਮੈਂਟ ਕੀ ਚੀਜ਼ ਕੀ ਹੈ, ਜਜਮੈਂਟ ਕੀ ਹੈ, ਕੀ ਇਸ ਜਜਮੈਂਟ ਦੇ ਵਿੱਚ ਵੈਸੇ ਕੀ ਸੁਪਰੀਮ ਕੋਰਟ ਨੇ ਬੜਾ ਕਲੀਅਰ ਇਸ ਜਜਮੈਂਟ ਦੇ ਵਿੱਚ ਤੇ ਕਈ ਹੋਰ ਹਾਈ ਕੋਰਟਾਂ ਦੀ ਜਜਮੈਂਟ ਇਹਦੇ ਵਿੱਚ ਮੈਂਸ਼ਨ ਕਰਕੇ ਦੱਸਿਆ ਬਈ, ਉਸ ਤੋਂ ਬਾਅਦ ਬਿਆਨ ਵੀ ਆਇਆ ਰਿਵਿਊ ਪਟੀਸ਼ਨ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਜੱਜਸ ਨੇ ਇਹ ਦੱਸਿਆ ਵੀ ਸਾਡੀ ਕੋਈ ਇੰਟੈਂਸ਼ਨ ਕਿਸੇ ਤਰ੍ਹਾਂ ਦੀ ਇਸ ਐਕਟ ਨੂੰ ਕਮਜ਼ੋਰ ਕਰਨ ਦੀ ਨਹੀਂ ਹੈ, ਪਰ ਜਿੰਨੇ ਕੇਸਿਸ ਦਰਜ ਹੋ ਰਹੇ ਸੀ ਬਹੁਤ ਜ਼ਿਆਦਾ ਕੇਸਿਸ ਆਏ ਸੀ ਜਿਨ੍ਹਾਂ ਵਿੱਚੋਂ ਕਈ ਬੇਗਨਾਹ ਬੰਦੇ ਸ਼ਾਮਲ ਹੁੰਦੇ ਸੀ ਜੀ, ਤੇ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਸਬੂਤ ਹੀ ਨਹੀਂ ਸੀ ਮਿਲਦੇ ਜਿਹਦੇ ਕਰਕੇ ਸੁਪਰੀਮ ਕੋਰਟ ਤੇ ਕਈ ਹਾਈ ਕੋਰਟਾਂ ਨੇ ਪਰਚੇ ਖਾਰਜ ਕੀਤੇ ਤੇ ਕਈ ਇਸ ਤਰ੍ਹਾਂ ਹੋਇਆ ਬਈ ਪਰਚੇ ਦਰਜ ਹੋ ਗਏ ਲੈਕ ਆਫ ਐਵੀਡੈਂਸ ਕਰਕੇ ਅੱਗੇ ਉਹਨਾਂ ਨੂੰ ਕਨਵਿਕਸ਼ਨ ਨਹੀਂ ਹੋ ਸਕੀ ਜੀ, ਜਾਂ ਕਈ ਪਰਚੇ ਐਸੇ ਦਰਜ ਹੋਏ ਜਿਹੜੇ ਕਿ ਕਈ ਪੋਲੀਟੀਕਲ ਰਿਵੈਲਰੀ ਜਾਂ ਪੰਚੀ ਸਰਪੰਚੀ ਦੀ ਇਲੈਕਸ਼ਨਾਂ ਕਰਕੇ ਕੋਈ ਹਾਰ ਜਿੱਤ ਹੋ ਗਈ ਪਿੰਡ ਦਾ ਮੁੱਦਾ ਹੋ ਗਿਆ ਉਹਦੇ ਕਰਕੇ ਦਰਜ ਹੋਏ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੈ ਵੀ ਇਹ ਸੁਪਰੀਮ ਕੋਰਟ ਦੀ ਜਜਮੈਂਟ ਕੀ ਕਹਿੰਦੀ ਹੈ। ਜੇ ਆਪਾਂ ਸੁਪਰੀਮ ਕੋਰਟ ਦੀ ਜਜਮੈਂਟ ਦਾ ਕੰਕਲੂਜਨ ਦੇਖੀਏ, ਸਭ ਤੋਂ ਪਹਿਲਾਂ ਉਸ ਕੰਕਲੂਜਨ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਵੀ ਜਿਹੜੀ ਐਂਟੀਸਪੇਟਰੀ ਬੇਲ ਦੀ ਬਾਹਰ ਸੀ ਇੱਥੇ ਬਿਲਕੁਲ ਬਾਹਰ, ਉਹ ਅਸੀਂ ਬਾਹਰ ਹੈ ਜਿਹੜੀ ਉਹ ਡਿਸਕ੍ਰੀਸ਼ਨ ਛੱਡਦੇ ਹਾਂ ਬਈ ਜੈਨੂਇਨ ਕੇਸਿਸ ਦੇ ਵਿੱਚ, ਸਪੈਸ਼ਲ ਮੈਂਸ਼ਨ ਹੈ ਉਹਦੇ ਚ ਬਈ ਜੈਨੂਇਨ ਕੇਸਿਸ ਦੇ ਵਿੱਚ ਪ੍ਰਾਈਮਾ ਫੇਸੀ ਜਿੱਥੇ ਲੱਗਦਾ ਉੱਥੇ ਐਂਟੀਸਪੇਟਰੀ ਬੇਲ ਗ੍ਰਾਂਟ ਕੀਤੀ ਜਾ ਸਕਦੀ ਹੈ। ਇਹ ਕਿਤੇ ਨਹੀਂ ਇਸ ਜਜਮੈਂਟ ਵਿੱਚ ਕਿਤੇ ਵੀ ਲਿਖਿਆ ਵੀ ਐਂਟੀਸਪੇਟਰੀ ਬੇਲਾਂ ਹਰ ਹਾਲਤ ਚ ਗ੍ਰਾਂਟ ਹੋਣਗੀਆਂ, ਜਾਂ ਲੋਕਾਂ ਦੀ ਇਹ ਕਨਸੈਪਸ਼ਨ ਬਣ ਗਈ ਹੋਈ ਹੈ ਬਈ ਇਸ ਸੁਪਰੀਮ ਕੋਰਟ ਦੀ ਜਜਮੈਂਟ ਤੋਂ ਬਾਅਦ ਜਦ ਪਰਚਾ ਦਰਜ ਹੋਇਆ ਕਰੇਗਾ, ਪਰਚਾ ਦਰਜ ਹੋਣ ਤੋਂ ਬਾਅਦ ਨਾਲ ਦੀ ਨਾਲ ਬੇਲ ਹੋ ਜਾ ਕਰੇਗੀ, ਪਹਿਲਾਂ ਤਾਂ ਇਹ ਸੋਚਣਾ ਹੀ ਬਿਲਕੁਲ ਗਲਤ ਹੈ। ਉਹਨਾਂ ਨੇ ਕਿਹਾ ਜੇ ਪੜਿਆ ਜਾਵੇ ਵੀ ਜਿਹੜੀ ਐਬਸੋਲੂਟ ਖਤਮ ਕਰਤੀ ਸੀਗੀ ਪਹਿਲਾਂ ਵੀ ਐਬਸੋਲੂਟ ਬੈਨ ਸੀ ਬੇਲ ਦਾ, ਉਹ ਜਿਹੜੀ ਐਬਸੋਲੂਟ ਬੈਨ ਅਸੀਂ ਖਤਮ ਕਰ ਰਹੇ ਹਾਂ, ਜਿਹੜੇ ਜੈਨੂਇਨ ਕੇਸਿਸ ਨੇ ਉਹਦੇ ਵਿੱਚ ਬੇਲ ਦਿੱਤੀ ਜਾ ਸਕਦੀ ਹੈ। ਵੈਸੇ ਵੀ ਜੇ ਦੇਖਿਆ ਜਾਵੇ ਆਈਪੀਸੀ ਦੇ ਵਿੱਚ ਕਈ ਐਸੇ ਅਫੈਂਸਿਸ ਨੇ, ਮਰਡਰ ਕੇਸਿਸ ਨੇ, 376 ਦੇ ਕੇਸਿਸ ਨੇ, ਰੋਇਟਸ ਨੇ, ਦੰਗੇ ਨੇ, ਜਿਹਦੇ ਚ ਪ੍ਰਾਈਮਾ ਫਸਾਈ ਦੇਖ ਕੇ ਜੇ ਬਣਦਾ ਹੋਵੇ ਤਾਂ ਬੇਲ ਦਿੱਤੀ ਜਾਂਦੀ ਹੈ। ਪਰ ਰੀਸੈਂਟ ਆਪਣਾ ਕੇਸ ਹੋਇਆ ਹੁਣ ਸਲਮਾਨ ਖਾਨ ਵਾਲਾ, ਉਹ ਸਾਰੇ ਟ੍ਰਾਇਲ ਤੇ ਬੇਲ ਤੇ ਰਿਹਾ, ਜੇ ਉਸ ਨੂੰ ਬੇਲ ਨਾ ਦਿੱਤੀ ਜਾਵੇ ਕਿਸੇ ਬੰਦੇ ਨੂੰ ਤੇ ਉਹ ਸਾਲ ਡੇਢ ਸਾਲ ਦੋ ਸਾਲ ਛੇ ਮਹੀਨੇ ਜੇਲ੍ਹ ਚ ਕੱਟ ਲੈਂਦਾ, ਬਾਅਦ ਚੋਂ ਬੇਗਨਾ ਹੁੰਦਾ, ਉਹ ਟਾਈਮ ਜੋ ਜੇਲ੍ਹ ਚ ਕੱਟ ਗਿਆ ਉਹਨੂੰ ਉਹਦੀ ਭਰਪਾਈ ਨਹੀਂ ਹੋ ਸਕਦੀ ਕਿਸੇ ਕੀਮਤ ਤੇ। ਇਸ ਲਈ ਇਕੱਲਾ ਬੇਲ ਦੇਣਾ, ਜ਼ਮਾਨਤ ਦੇ ਦੇਣੀ, ਮਤਲਬ ਤੁਸੀਂ ਇਹ ਸਮਝਦੇ ਹੋ ਵੀ ਕੋਈ ਕਿਸੇ ਕਿਸਮ ਦਾ ਡਿਲੂਸ਼ਨ ਨਹੀਂ ਹੋਈ ਇਹਦੇ ਚ? ਹਾਂ, ਇਕੱਲਾ ਤੁਹਾਡਾ ਕਹਿਣਾ, ਮੇਰਾ ਕਹਿਣਾ ਇਹ ਹੈ ਵੀ ਜੇ ਜਜਮੈਂਟ ਆਪਾਂ ਚੰਗੀ ਤਰ੍ਹਾਂ ਪੜ੍ਹੀਏ, ਇਹਦਾ ਮਤਲਬ ਜਿਹੜੇ ਜਿਨ੍ਹਾਂ ਨੇ ਕੌਲ ਦਾ ਸੱਦਾ ਦਿੱਤਾ ਬੰਦ ਦਾ, ਉਹਨਾਂ ਨੇ ਚੰਗੀ ਤਰ੍ਹਾਂ ਜਜਮੈਂਟ ਨਹੀਂ? ਹਾਂਜੀ ਬਿਲਕੁਲ, ਨਾ ਉਹਨਾਂ ਨੇ ਚੰਗੀ ਤਰ੍ਹਾਂ ਜਜਮੈਂਟ ਪੜ੍ਹੀ ਤੇ ਨਾ ਉਹਨਾਂ ਨੂੰ ਦੱਸਿਆ ਗਿਆ ਵੀ ਇਹ ਜਜਮੈਂਟ ਚ ਹੈ ਕੀ। ਹਾਂਜੀ ਸਿੱਧੂ ਸਾਹਿਬ, ਵਾਲੇ ਸਾਹਿਬ, ਜਿਹੜਾ ਇਹ ਐਕਟ ਬਣਿਆ ਇਹ ਉਹਨਾਂ ਲੋਕਾਂ ਦੀ ਮਾਨਸਿਕਤਾ ਨੂੰ ਬਰਾਬਰ ਕਰਨ ਦੇ ਲਈ ਹੈ, ਉਹਨਾਂ ਨੂੰ ਦਰੁਸਤ ਕਰਨ ਦੇ ਲਈ ਹੈ ਜਿਹੜੇ ਆਪਣੇ ਆਪ ਨੂੰ ਜਨਰਲ ਕੈਟਾਗਰੀ ਦਾ ਸਭ ਸਮਝ ਕੇ ਇਹ ਗੱਲ ਕਹਿੰਦੇ ਨੇ ਕਿ ਵੀ ਹਾਂ ਜੀ ਅਸੀਂ ਤਾਂ ਜੀ ਜੱਟ ਹਾਂ ਜੀ, ਅਸੀਂ ਤਾਂ ਜੀ ਬਾਹਮਣ ਹੈ ਜੀ, ਅਸੀਂ ਫਲਾਣਾ ਜੀ ਢਿਮਕਾ ਜੀ, ਉਹਨਾਂ ਨੂੰ ਨੀਵਾਂ ਦਿਖਾਉਣ ਦੇ ਲਈ। ਮੈਂ ਇਹ ਕਹਿਣਾ ਚਾਹੁੰਦਾ ਆਪਣੇ ਪੰਜਾਬ ਦੇ ਵਿੱਚ ਲਾ ਲਓ, ਕਿਤੇ ਹੋਰ ਪਾਸੇ ਲਾ ਲਓ, ਕਿੰਨੇ ਕੁ ਲੋਕ ਇਸ ਗੱਲ ਦੇ ਉਹ ਕਰਦੇ ਨੇ, ਵਾਇਲੇਸ਼ਨ ਕਰਦੇ ਨੇ, ਨਹੀਂ ਕਰਦੇ? ਕਾਂਗਰਸ ਸਿੱਧੂ ਸਾਹਿਬ ਜੋ ਕਹਿਣਾ ਚਾਹੁੰਦੇ ਨੇ, ਅਸੀਂ ਇਹਨਾਂ ਦੀ ਗੱਲ ਬ੍ਰੇਕ ਤੋਂ ਬਾਅਦ ਸੁਣਾ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਦਰਸ਼ਨ ਸਿੰਘ ਸਿੱਧੂ ਹੋਰੀ ਦੱਸ ਰਹੇ ਸੀ ਕਿ ਪੰਜਾਬ 'ਚ ਸ਼ਾਇਦ ਉੱਡੀ ਗੱਲ ਨਹੀਂ,
ਤੇ ਬਾਕੀ ਹਿੱਸਿਆਂ ਦੇ ਜਿਵੇਂ ਦਰਸ਼ਨ ਹੋਰਾਂ ਨੇ ਦੱਸਿਆ ਗੁਜਰਾਤ ਦੇ ਵਿੱਚ, ਰਾਜਸਥਾਨ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਉੱਥੇ ਹਿੰਸਾ ਜ਼ਿਆਦਾ ਹੋਈ ਹੈ ਜਿੱਥੇ ਦਲਿਤ ਭਾਈਚਾਰੇ ਨਾਲ ਜ਼ਿਆਦਾ ਵਿਤਕਰਾ ਹੁੰਦਾ। ਸਿੱਧੂ ਸਾਹਿਬ ਤੁਸੀਂ ਕੀ ਦੱਸਣਾ ਚਾਹੁੰਦੇ ਸੀ ਉਦੋਂ ਜਿੱਥੇ ਗੱਲ ਆਪਣੀ? ਮੈਂ ਇਹ ਦੱਸਣਾ ਚਾਹੁੰਦਾ ਸੀ ਵੀ ਜਿਸ ਤਰ੍ਹਾਂ ਅਸੀਂ ਭਾਈਚਾਰਕ ਤੌਰ 'ਤੇ ਰਹਿ ਰਹੇ ਹਾਂ ਬਿਲਕੁਲ ਠੀਕ ਹੈ, ਬਾਕੀ ਸਟੇਟਾਂ ਦੇ ਵਿੱਚ ਉੱਥੇ ਅਨਪੜ੍ਹਤਾ ਲਾ ਲਓ ਜਾਂ ਇਹ ਲਾ ਲਓ ਉੱਥੇ ਰਜਵਾੜਾ ਸ਼ਾਹੀ ਲਾ ਲਓ ਜਿਵੇਂ ਮਰਜ਼ੀ ਲਾ ਲਓ, ਅਤੇ ਉਹ ਲੋਕ ਇਹਨਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਨੇ ਅਤੇ ਦਵਾਉਂਦੇ ਵੀ ਨੇ। ਤੁਸੀਂ ਇਹ ਦੇਖੋ ਜਿਸ ਦਿਨ ਇਹ ਆਰਡਰ ਆਏ ਨੇ ਜਾਂ ਸੁਪਰੀਮ ਕੋਰਟ 'ਤੇ, ਉਸ ਤੋਂ ਬਾਅਦ ਕਿੰਨੀ ਵਾਇਲੇਸ਼ਨ ਵੱਧ ਗਈ ਹੈ, ਵਾਇਲੈਂਸ ਕਿੰਨੀ ਵੱਧ ਗਈ ਹੈ। ਅਤੇ ਤੁਸੀਂ ਇਹ ਜਿਹੜਾ ਮੁੱਦਾ ਹੈ ਨਾ, ਇਸ ਮੁੱਦੇ ਨੂੰ ਇਸ ਕਰਕੇ ਚੱਕਿਆ ਗਿਆ ਹੈਗਾ ਜਿਵੇਂ ਹੁਣ ਵਕੀਲ ਸਾਹਿਬ ਨੇ ਕਿਹਾ ਹੈਗਾ ਕਿ ਵੀ ਇਹ ਤਾਂ ਡਿਲੂਸ਼ਨ ਹੋਈ ਨਹੀਂ, ਜੇ ਇੱਕ DSP ਨੇ ਇੱਕ ਆਰਡਰ ਕਰਤਾ ਕਿ ਹਾਂ ਇਹਦੀ FIR ਲੌਜ ਹੋਏਗੀ ਜਾਂ ਨਾ ਹੋਏਗੀ, ਫਿਰ ਤਾਂ ਮਜਿਸਟਰੇਟ ਕੋਲ ਜਾਣ ਦੀ ਲੋੜ ਨਹੀਂ ਹੈ, ਫਿਰ ਤਾਂ ਉਹਨੂੰ ਉਹਦੀ ਕੈਦ ਕਰ ਦੇਣ, ਫਿਰ ਜੱਜ ਦਾ ਅਤੇ ਮਜਿਸਟਰੇਟ ਦਾ ਰੋਲ ਕੀ ਰਹਿ ਗਿਆ? ਹੁਣ ਤੁਸੀਂ ਆਪਾਂ ਇਹ ਜੇ ਸੋਚੀਏ ਜੇ ਕਿਸੇ ਗੌਰਮੈਂਟ ਇੰਪਲਾਈ ਦੇ ਖਿਲਾਫ ਐਕਸ਼ਨ ਲੈਣਾ ਹੈਗਾ, ਜੇ ਕਿਸੇ ਇੱਕ ਤਹਿਸੀਲਦਾਰ ਦੇ ਖਿਲਾਫ ਐਕਸ਼ਨ ਲੈਣਾ ਹੈ ਜੀ, SDO ਦੇ ਖਿਲਾਫ ਐਕਸ਼ਨ ਲੈਣਾ, ਤਹਿਸੀਲਦਾਰ ਨੂੰ ਕੋਈ ਉਹਦੀ ਗਰਵੈਂਸਸ ਹੈਗੀ ਹੈ ਤੇ ਉਹ ਜਾ ਕੇ ਉਹਨੂੰ ਚੀਫ ਸੈਕਟਰੀ ਦੇ ਉੱਥੋਂ ਆਰਡਰ ਕਰਵਾਏਗਾ? ਪਰ ਉਲਟ ਵੀ ਤਾਂ ਹੋ ਸਕਦਾ ਜੇ ਤਹਿਸੀਲਦਾਰ ਦੇ ਖਿਲਾਫ ਕਲਰਕ ਨੇ ਕੋਈ ਗੱਲ ਕਹਿਤੀ, ਉਹ ਤਹਿਸੀਲਦਾਰ ਨੂੰ ਫਸਾ ਵੀ ਸਕਦਾ, ਤਹਿਸੀਲਦਾਰ ਨੂੰ ਫਸਾ ਵੀ ਸਕਦਾ। ਹੁਣ ਜਿਹੜੀਆਂ ਸੁਪਰੀਮ ਕੋਰਟ ਦੇ ਆਰਡਰ ਦੇ ਵਿੱਚ ਆਇਆ, ਇਹਨਾਂ ਨੇ ਇੱਕ ਕ੍ਰਾਈਮ ਰਿਪੋਰਟ ਦੇ ਵਿੱਚ ਲਈ ਹੈ, ਕਹਿੰਦੇ ਜੀ 15,638 ਕੇਸ ਜਿਹੜੇ ਸੀਗੇ ਇਹ ਜਿਹੜੇ ਡਿਸਾਈਡ ਹੋਏ ਜੀ, ਇਹਨਾਂ ਦੇ ਵਿੱਚੋਂ 11,024 ਕੇਸ ਦੇ ਵਿੱਚ ਵੀ ਅਕਟਲ ਹੋਈ, 995 ਕੇਸਾਂ ਦੇ ਵਿੱਚ ਵਿਡਰਾਅ ਹੋ ਗਏ, ਅਤੇ ਜਿਹੜੇ 4,419 ਕੇਸਾਂ ਦੇ ਵਿੱਚ ਕਨਵਿਕਸ਼ਨ ਹੋਈ, ਜਿਹੜੇ ਵਿਡਰਾਅ ਹੋਏ 495, ਇਹਨੂੰ ਤੁਸੀਂ ਕੀ ਸਮਝਦੇ ਕਿ ਵੀ ਇਹਨੂੰ ਬਲੈਕਮੇਲ ਕੀਤੀ ਹੈ? ਅਸੀਂ ਇੱਕ ਸਮਾਜ ਦੇ ਵਿੱਚ ਰਹਿ ਰਹੇ ਹਾਂ, ਇੱਕ SHO ਨੇ ਗਾਲਾਂ ਕੱਢਦੀ, SHO ਜਾ ਕੇ ਮਾਫ਼ੀ ਮੰਗ ਲੈਂਦਾ, ਉਹ ਕਹਿੰਦਾ ਯਾਰ ਚਲੋ ਠੀਕ ਹੈ ਖਾਧੀ ਪੀਤੀ 'ਚ ਹੋ ਗਿਆ ਜੀ, ਸਾਡੇ ਕੁਛ ਹੋ ਗਿਆ ਜੀ, ਅਤੇ ਚੁੱਪ ਕਰਕੇ ਫਿਰ ਬਾਅਦ ਦੇ ਵਿੱਚ ਇਹ ਜਿਹੜੇ ਸਟੈਟਿਕਸ ਨੇ ਇਸ ਕਰਕੇ ਕਹੇ ਜਾ ਰਹੇ ਨੇ ਵੀ ਵਿਡਰਾਅ ਹੋ ਗਿਆ। ਕਿੰਨੇ ਕੁ ਕਨਵਿਕਸ਼ਨ ਹੈ ਸਾਰੇ ਕੇਸਾਂ ਦੇ ਵਿੱਚ? ਜਿਵੇਂ ਵਕੀਲ ਸਾਹਿਬ ਨੇ ਕਿਹਾ ਕਿ ਵੀ ਸਲਮਾਨ ਖਾਨ ਦੇ ਕੇਸ ਦੇ ਵਿੱਚ ਫਲਾਣੇ ਨੂੰ ਕਟਲ ਹੋ ਗਈ ਹੈ, ਠੀਕ ਹੈ ਉਹਨਾਂ ਦੇ ਖਿਲਾਫ ਨਹੀਂ ਸੀਗਾ ਤਾਂ ਕਟਲ ਹੋ ਗਈ ਹੈ, ਅਸੀਂ ਤਾਂ ਕਹਿੰਦੇ ਹਾਂ। ਮੈਂ ਇਹ ਗੱਲ ਨਹੀਂ ਕਹਿ ਰਿਹਾ, ਸਾਨੂੰ ਇੱਥੇ ਜਨਰਲ ਕੈਟੇਗਰੀ ਦੀ ਗੱਲ ਜਾਂ ਸੈਵਲ ਜਾਂ ਜਿਹੜੀ ਤੁਹਾਡੀ ਰਿਜ਼ਰਵੇਸ਼ਨ ਦੀ ਗੱਲ ਨਹੀਂ ਕਰਨੀ ਚਾਹੀਦੀ, ਸਾਨੂੰ ਇੱਥੇ ਸਾਂਝੇ ਤੌਰ 'ਤੇ ਗੱਲ ਕਰਨੀ ਚਾਹੀਦੀ ਹੈ। ਹਾਂਜੀ ਸਿੱਧੂ ਸਾਹਿਬ, ਤੁਹਾਡਾ ਤਰਕ ਆ ਗਿਆ, ਪ੍ਰਦੇਸ਼ ਸਾਹਿਬ ਤੁਹਾਡੇ ਕੋਲ ਕੋਈ ਤਰਕ ਹੈ? ਦੇਖੋ ਗੱਲ ਇਸ ਤਰ੍ਹਾਂ, ਮੈਂ ਉਹੀ ਗੱਲ 'ਤੇ ਫੇਰ ਕਰ ਰਿਹਾ ਗੱਲ ਆ ਕੇ, ਸਭ ਤੋਂ ਪਹਿਲਾਂ ਤਾਂ ਇਸ ਜਜਮੈਂਟ ਸਿੱਧੂ ਸਾਹਿਬ ਦਾ ਪੁਆਇੰਟ ਹੈ ਕਿ ਜੇ ਇੱਕ DSP ਡਿਸਾਈਡ ਕਰੂਗਾ ਵੀ ਇਹਦਾ ਮਤਲਬ ਜੱਜ ਕਿੱਥੇ ਰਹਿ ਗਿਆ? ਨਹੀਂ ਨਹੀਂ ਦੇਖੋ, ਉਹੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਇਹੀ ਚੀਜ਼ ਦਾ ਕੇ ਫਰਕ ਪੈਂਦਾ ਜੀ। ਇਹ ਚੀਜ਼ ਲੋਕਾਂ ਨੂੰ ਸਮਝਾਉਣੀ ਪਊਗੀ ਵੀ ਜੇ ਇੱਕ DSP ਨੂੰ ਇਹਨਾਂ ਨੇ ਐਬਸੋਲੂਟ ਪਾਵਰ ਨਹੀਂ ਦਿੱਤੀ, ਜੇ ਜਜਮੈਂਟ ਨੂੰ ਥੋਰੋਲੀ ਪੜਿਆ ਜਾਵੇ ਜੀ, ਇੱਕ ਇਹਦਾ ਮਤਲਬ ਇਹ ਨਹੀਂ ਵੀ ਇੱਕ DSP ਨੇ ਜੇ ਇਨਕੁਆਇਰੀ ਕਰਕੇ ਪਰਚਾ ਦਰਜ ਨਹੀਂ ਕਰਨਾ ਤਾਂ ਤੁਸੀਂ ਕੋਰਟ ਜਾਣ ਦਾ ਰਾਈਟ ਤੁਹਾਡਾ ਖਤਮ ਨਹੀਂ ਹੋ ਗਿਆ ਇੱਥੇ। ਜਿਹੜੇ ਪਰਚੇ ਦੀ ਪਾਵਰ ਜੁਡੀਸ਼ੀਅਲ ਮੈਜਿਸਟ੍ਰੇਟ ਕੋਲ ਦਰਜ ਕਰਾਉਣ ਦੀ 156(3) 'ਚ ਹੈਗੀ ਹੈ, ਉਹ ਹਲੇ ਵੀ ਉੱਥੇ ਹੀ ਹੈ। ਓਕੇ, ਇਸ ਜਜਮੈਂਟ 'ਚ ਕਿਤੇ ਇਹ ਨਹੀਂ ਲਿਖਿਆ ਗਿਆ ਵੀ ਜੇ ਇੱਕ ਵਾਰੀ DSP ਨੇ ਇਨਕੁਆਇਰੀ 'ਚ ਇਹ ਗੱਲ ਕਹਿਤੀ ਬਈ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਤੇ ਮੁੜ ਕੇ ਇਹ ਪਰਚਾ ਦਰਜ ਨਹੀਂ ਹੋਏਗਾ, ਇਹ ਗੱਲ ਨੂੰ ਸਮਝਣਾ ਪਏਗਾ। ਜੇ ਆਪਾਂ ਵੈਸੇ ਪੁਲਿਸ ਪਰਚਾ ਦਰਜ ਨਹੀਂ ਕਰਦੀ ਤਾਂ CRPC 'ਚ ਇਹੀ ਪ੍ਰੋਵੀਜ਼ਨ ਹੈ, ਸਭ ਤੋਂ ਉਹ ਤੋਂ ਬਾਅਦ ਆਪਾਂ SSP ਨੂੰ ਦਰਖਾਸਤ ਦਿੰਦੇ ਹਾਂ। ਜੇ SSP ਵੀ ਪਰਚਾ ਦਰਜ ਨਹੀਂ ਕਰਦਾ ਤਾਂ ਆਪਣੇ ਕੋਲ ਮੈਜਿਸਟ੍ਰੇਟ ਕੋਲ ਜਾਣ ਦੀਆਂ ਪਾਵਰਾਂ ਪਈਆਂ 156(3). ਓਕੇ, ਆਪਾਂ ਉੱਥੇ ਜਾ ਸਕਦੇ ਹਾਂ 156(3) 'ਚ ਪਟੀਸ਼ਨ ਪਾ ਕੇ ਆਰਡਰ ਕਰ ਸਕਦਾ। ਜੇ ਉਹ ਵੀ ਆਰਡਰ ਨਹੀਂ ਕਰਦਾ ਤਾਂ ਹਾਈਕੋਰਟ ਪਈ, ਆਪਾਂ ਹਾਈਕੋਰਟ ਜਾ ਸਕਦੇ ਹਾਂ। ਇਸ ਚੀਜ਼ ਨੂੰ ਬੜਾ ਜ਼ਰੂਰੀ ਹੈ ਗੱਲ ਨੂੰ ਸਮਝਣਾ ਵੀ DSP ਨੂੰ ਜੱਜ ਨਹੀਂ ਬਣਾਇਆ ਗਿਆ। ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਕੀ ਇਹ ਗੱਲ ਐਂਡ ਹੋ ਗਈ ਵੀ ਜੇ DSP ਨੇ ਆਰਡਰ ਕਰਤੇ ਵੀ ਪਰਚਾ ਦਰਜ ਨਹੀਂ ਤਾਂ ਕੀ ਪਰਚਾ ਦਰਜ ਨਹੀਂ ਹੋਏਗਾ। ਉਸ ਤੋਂ ਬਾਅਦ ਜਿਹੜੀ ਜੁਡੀਸ਼ਰੀ ਕੋਲ ਪਾਵਰਾਂ, ਕੋਰਟ ਕੋਲ ਜਾਣ ਦੀਆਂ ਪਾਵਰਾਂ, ਜੋ ਤੁਹਾਡੇ ਕੋਲ ਐਵੀਡੈਂਸ ਨੇ, ਜੇ ਕੋਈ ਬੰਦਾ ਦਰਖਾਸਤ ਦਿੰਦਾ ਉਹਦੇ ਕੋਲ ਪ੍ਰਾਈਮਾ ਫਸਾਈ ਕੇਸ ਹੈ, ਉਹਦੇ ਕੋਲ ਐਵੀਡੈਂਸ ਹੈ ਤੇ DSP ਕਹਿ ਦਿੰਦਾ ਵੀ ਮੈਂ ਪਰਚਾ ਦਰਜ ਕਰਨ ਨਹੀਂ ਹੋਣਾ ਚਾਹੀਦਾ, ਤਾਂ ਇਹ ਗੱਲ ਨਹੀਂ ਹੈ ਵੀ DSP ਜੱਜ ਬਣ ਗਿਆ, ਉਹਦੀਆਂ ਸਾਰੀਆਂ ਪਾਵਰਾਂ ਖਤਮ ਹੋ ਗਈਆਂ। ਦਰਸ਼ਕ ਜੀ, ਇਹ ਜਿਹੜਾ ਤੁਸੀਂ ਅਜੇ ਪੱਤਰਕਾਰ ਕੀ ਦੇਖਦੇ ਹੋ, ਕਿਤੇ ਇਹ ਪੋਲੀਟੀਕਲੀ ਤਾਂ ਨਹੀਂ ਮੋਟੀਵੇਟਡ ਸਾਰਾ ਜਿਹੜਾ ਕੁਛ ਬੰਦ ਵੀ ਹੋਇਆ ਜਾਂ ਜਜਮੈਂਟ ਬਾਰੇ ਜਿਹੜਾ ਰੌਲਾ ਪੈ ਰਿਹਾ? ਕਿਉਂਕਿ ਇਹ ਗੱਲ ਤਾਂ ਕਲੀਅਰ ਹੈ ਕਿ ਸਾਰੇ ਲੋਕਾਂ ਨੇ ਜਜਮੈਂਟ ਨਹੀਂ ਪੜ੍ਹੀ ਅਤੇ ਕਿਤੇ ਨਾ ਕਿਤੇ ਇਹਦੀ ਵਿਆਖਿਆ ਕਰਨੀ ਹਾਲੇ ਬਣਦੀ ਹੈ। ਇਹ ਦਰਸ਼ਨ ਸਿੰਘ ਸਿੱਧੂ ਹੋਰਾਂ ਨੇ ਜਿਵੇਂ ਕਹਿੰਦੇ ਮੈਂ ਪੜ੍ਹੀ ਹੈ, ਇਹ ਲੋਕਾਂ ਨੂੰ ਦੱਸਣ ਦੀ ਵੀ ਲੋੜ ਹੈ ਵੀ ਜਜਮੈਂਟ 'ਚ ਐਕਚੁਲੀ ਹੈ ਕੀ। ਕਿਤੇ ਇਹ ਤਾਂ ਨਹੀਂ ਲੱਗਦਾ ਤੁਹਾਨੂੰ ਕਿ ਪੋਲੀਟੀਕਲੀ ਮੋਟੀਵੇਟਡ ਹੈ? ਕਿਉਂਕਿ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਰੌਲਾ ਪਿਆ, ਜਾਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਬਿਲਕੁਲ ਆਲਮੋਸਟ ਸ਼ਾਂਤੀ ਰਹੀ ਹੈ, ਅਤੇ ਇਹ ਵੀ ਗੱਲ ਕਿਤੇ ਆਪਾਂ ਇਸ ਨਜ਼ਰੀਏ ਤੋਂ ਵੀ ਡਿਸਕਸ ਕਰ ਸਕਦੇ ਹਾਂ। ਵਾਗੀ ਸਾਹਿਬ,
ਪੋਲੀਟੀਕਲੀ ਮਤਲਬ ਜਦੋਂ ਕੋਈ ਬੰਦ ਹੁੰਦਾ ਅੰਦੋਲਨ ਹੁੰਦਾ ਕੋਈ ਨਾ ਕੋਈ ਉਹਦੇ ਵਿੱਚ ਪੋਲੀਟੀਕਲੀ ਪਾਰਟੀ ਹੈ ਜਿਹੜੀ ਹੈਗੀ ਆ ਆਪਣਾ ਸਿਆਸੀ ਲਾਹਾ ਲੈਣ ਦੀ ਤਾਂ ਕੋਸ਼ਿਸ਼ ਕਰਦੀ ਨੇ ਜਿਵੇਂ ਕਿ ਆਪਣਾ ਇਸ ਬੰਦ ਦਾ ਰਾਹੁਲ ਗਾਂਧੀ ਨੇ ਸਵਾਗਤ ਕੀਤਾ ਸਲਾਮ ਕਰਦਾ ਹਾਂਜੀ ਜਿੱਥੇ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਸੀਗੀਆਂ ਉੱਥੇ ਜ਼ਿਆਦਾ ਹਿੰਸਾ ਹੋਈ ਜਿਹੜਾ ਮੱਧ ਪ੍ਰਦੇਸ਼ ਆ ਉੱਥੇ 8 ਮੌਤਾਂ ਹੋਈਆਂ ਉੱਤਰ ਪ੍ਰਦੇਸ਼ ਦੇ ਵਿੱਚ 2 ਮੌਤਾਂ ਹੋਈਆਂ ਇਹ ਉਹਦੇ ਵਿੱਚ ਕਾਰਨ ਇਹ ਹੈ ਕਿ ਜਿੱਥੇ ਮਤਲਬ ਜਿਹੜਾ ਹੈਗਾ ਉੱਤਰ ਪ੍ਰਦੇਸ਼ ਹੈ ਉੱਥੇ ਜਿਹੜੀ ਓਪੋਜਿਟ ਪਾਰਟੀ ਓਪੋਜੀਸ਼ਨ ਦੀ ਪਾਰਟੀ ਹੈ ਉਹਦੇ ਵਿੱਚ ਮਾਇਆਵਤੀ ਹੈ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਜਿਹੜੀ ਕਿ ਹੈ ਹੀ ਜਿਸ ਨੂੰ ਕਿਹਾ ਜਾਂਦਾ ਕਿ ਦਲਿਤਾਂ ਦੀ ਪਾਰਟੀ ਹੈ ਅਤੇ ਕਿਤੇ ਨਾ ਕਿਤੇ ਇਹ ਇਹੋ ਜਿਹੇ ਤੱਤ ਉਹਦੇ ਵਿੱਚ ਸ਼ਾਮਿਲ ਸੀਗੇ ਜਿਹੜੇ ਇਸ ਹਿੰਸਾ ਨੂੰ ਵਧਾਉਣਾ ਚਾਹੁੰਦੇ ਸੀਗੇ ਇਹ ਮਤਲਬ ਇਸ ਅੰਦੋਲਨ ਨੂੰ ਮਤਲਬ ਜ਼ਿਆਦਾ ਹਿੰਸਕ ਕਰਨਾ ਚਾਹੁੰਦੇ ਸੀਗੇ ਤਾਂ ਜੋ ਭਾਰਤੀ ਜਨਤਾ ਪਾਰਟੀ ਦੀ ਵੀ ਮਤਲਬ ਹੋਵੇ ਆਲੋਚਨਾ ਹੋਵੇ ਅਤੇ ਦਲਿਤਾਂ ਦੇ ਅੰਦੋਲਨ ਦੇ ਦੀ ਵੀ ਮਤਲਬ ਉਸ ਨੂੰ ਇਹ ਮਤਲਬ ਗਲਤ ਦੱਸਣਾ ਸ਼ੋਅ ਕਰਨਾ ਚਾਹੁੰਦੇ ਸੀਗੇ ਤਾਂ ਇਹ ਸਿੱਧੂ ਸਾਹਿਬ ਹੁਣ ਜੋ ਦਰਸ਼ਕ ਗੁਰੂ ਕਹਿ ਰਹੇ ਨੇ ਇੱਥੇ ਤੁਸੀਂ ਕਿੰਨਾ ਕੁ ਸਹਿਮਤ ਹੋ ਮੈਂ ਸਰ ਇਹਦੇ ਨਾਲ ਬਿਲਕੁਲ ਸਹਿਮਤ ਜੇ ਕੋਈ ਕਿਸੇ ਦੇ ਹਾਂ ਦਾ ਨਾਰਾ ਮਾਰਦਾ ਇਟ ਮੀਨਸ ਇਹ ਤਾਂ ਨਹੀਂ ਹੈਗਾ ਕਿ ਵੀ ਕੋਈ ਫਲਾਣੀ ਪਾਰਟੀ ਨੇ ਉਹਨਾਂ ਨੇ ਸਪੋਰਟ ਕਰਦੀ ਹੈ ਇੱਥੇ ਸਾਰਿਆਂ ਨੇ ਇਕੱਠੇ ਹੋ ਕੇ ਉਹਦੇ ਵਿੱਚ ਅਕਾਲੀ ਦਲ ਦੇ ਵਿੱਚ ਸੀਗੇ ਬੀਜੇਪੀ ਵੀ ਵਿੱਚ ਸੀਗੀ ਸਾਰੀ ਅਸੈਂਬਲੀ ਨੇ ਮਤਾ ਪਾਸ ਪਾਕ ਕਰਕੇ ਗਵਰਨਮੈਂਟ ਨੂੰ ਭੇਜਿਆ ਉੱਥੇ ਸੈਂਟਰ ਨੂੰ ਉਹ ਤਾਂ ਰਿਵਿਊ ਪਟੀਸ਼ਨ ਲਈ ਭੇਜਿਆ ਨਹੀਂ ਨਹੀਂ ਹਾਂਜੀ ਰਿਵਿਊ ਪਟੀਸ਼ਨ ਲਈ ਭੇਜਿਆ ਉਸ ਤਾਂ ਹਾਂ ਦਾ ਨਾਰਾ ਮਾਰਿਆ ਨਾ ਜੇ ਕੋਈ ਕਿਸੇ ਦੇ ਲਈ ਕੁਝ ਖੜਦਾ ਤਾਂ ਉਹਨੂੰ ਆਪਾਂ ਕਹਿੰਦੇ ਕਿ ਵੀ ਮੋਟੀਵੇਟਡ ਹੈ ਜੇ ਕੋਈ ਜੇ ਕਿਸੇ ਸ਼ੂਰ ਕਾਸਟ ਦੇ ਲਈ ਕੋਈ ਖੜਦਾ ਕੋਈ ਵੀ ਨਾ ਖੜੇ ਉਹ ਆਪਣੇ ਰਹਿਮ ਕਰਨ ਤੇ ਮਰਨ ਫਿਰ ਉਹਨਾਂ ਨੇ ਕੌਣ ਸੁਣੇਗਾ ਮੈਨੂੰ ਗੱਲ ਦੱਸੋ ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਜੇ ਕਿਸੇ ਸਾਰੀਆਂ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਨੇ ਰਿਵਿਊ ਪਟੀਸ਼ਨ ਪਾਈ ਹੈ ਰਿਵਿਊ ਪਟੀਸ਼ਨ ਦਾ ਇਕਾਈ ਵਾਸ਼ ਹੈ ਜੀ ਭਦੇਰ ਸਾਹਿਬ ਰਿਵਿਊ ਪਟੀਸ਼ਨ ਪਾਉਣ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਜੇ ਇਹ ਜੱਜਮੈਂਟ ਦੇ ਵਿੱਚ ਕੋਈ ਐਸਾ ਨਹੀਂ ਹੈ ਤਾਂ ਜਿਹੜੀ ਗਵਰਨਮੈਂਟ ਨੂੰ ਰਿਵਿਊ ਪਟੀਸ਼ਨ ਪਾਉਣ ਦੀ ਕਿਉਂ ਲੋੜ ਪਈ ਦੇਖੋ ਰਿਵਿਊ ਪਟੀਸ਼ਨ ਜਿਵੇਂ ਸਿੱਧੂ ਸਾਹਿਬ ਨੇ ਹੁਣੇ ਗੱਲ ਕੀ ਵੀ ਆਈ ਵਾਸ਼ ਹੈ ਰਿਵਿਊ ਪਟੀਸ਼ਨ ਇੱਕ ਪ੍ਰੋਸੀਜਰ ਹੈ ਜੀ ਜੇ ਤੁਹਾਨੂੰ ਕਦੇ ਵੀ ਕਿਸੇ ਤਰੀਕੇ ਦਾ ਲੱਗਦਾ ਹੈ ਬਈ ਸੋਸਾਇਟੀ ਵੈਸੇ ਤਾਂ ਸੋਸਾਇਟੀ ਇਸ ਜਜਮੈਂਟ ਨੂੰ ਬਿਨਾਂ ਸਮਝੇ ਨਾ ਤਾਂ ਪੋਲੀਟੀਕਲ ਲੀਡਰਸ ਨੇ ਜਾਂ ਜਿਨ੍ਹਾਂ ਨੇ ਐਜੀਟੇਸ਼ਨ ਕੀਤੀ ਬਿਨਾਂ ਗੱਲ ਨੂੰ ਸਮਝੇ ਜਿੰਨੀ ਵੀ ਐਜੀਟੇਸ਼ਨ ਹੋਈਆਂ ਨੇ ਜਿੰਨੇ ਤੁਸੀਂ ਦੇਖੋਗੇ ਇੰਟਰਵਿਊਸ ਉਹਨਾਂ ਨੂੰ ਇਹ ਲੱਗ ਰਿਹਾ ਵੀ ਜਿਹੜੀ ਸਾਡੀ ਰਿਜ਼ਰਵੇਸ਼ਨ ਤੇ ਅਟੈਕ ਹੋਇਆ ਹੈ ਜਦਕਿ ਰਿਜ਼ਰਵੇਸ਼ਨ ਤੇ ਅਟੈਕ ਨਹੀਂ ਹੈ ਤੁਸੀਂ ਜਿਹੜਾ ਤੁਹਾਡਾ ਸਵਾਲ ਇੱਕ ਜਿਹੜਾ ਪੁੱਛਿਆ ਗਿਆ ਭਦੇੜ ਸਾਹਿਬ ਵੀ ਜੇ ਤੁਹਾਡੀ ਗੱਲ ਨੂੰ ਮੰਨ ਲਈਏ ਤਾਂ ਇਹ ਕੇਂਦਰ ਸਰਕਾਰ ਨੂੰ ਰਿਵਿਊ ਪਟੀਸ਼ਨ ਕਿਉਂ ਪਾਉਣੀ ਪਈ ਫਿਰ ਤਾਂ ਇਹਦਾ ਮਤਲਬ ਜਿਹੜੀ ਰਿਵਿਊ ਪਟੀਸ਼ਨ ਪਾਈ ਹੈ ਲੋਕਾਂ ਨੂੰ ਇੱਕ ਲੋਕਾਂ ਨੂੰ ਦੇਖ ਕੇ ਐਜੀਟੇਸ਼ਨ ਨੂੰ ਦੇਖ ਕੇ ਇਹ ਪੋਲੀਟੀਕਲ ਜੋ ਸਟੰਟ ਨੇ ਦੇਖ ਕੇ ਸਾਰਾ ਵੀ ਵਾਰੀ ਅਸੀਂ ਇਸ ਜਜਮੈਂਟ ਨੂੰ ਰਿਵਿਊ ਪਟੀਸ਼ਨ ਪਾ ਕੇ ਦਿਖਾ ਕੇ ਮੋਦੀ ਸਰਕਾਰ ਵੀ ਅਸੀਂ ਰਿਵਿਊ ਪਟੀਸ਼ਨ ਪਾਵਾਂਗੇ ਬਈ ਜੇ ਇਸ ਦੇ ਵਿੱਚ ਕੋਈ ਸੋਧ ਕਰਨ ਵਾਲੀ ਹੋ ਜਾਏਗੀ ਪਰ ਸੁਪਰੀਮ ਕੋਰਟ ਨੇ ਰਿਵਿਊ ਪਟੀਸ਼ਨ ਰਿਜੈਕਟ ਕੀਤੀ ਹੈ ਕਿਉਂਕਿ ਉਹਦੀ ਜਜਮੈਂਟ 'ਚ ਕਲੀਅਰ ਕੱਟ ਐਸੀਆਂ ਗੱਲਾਂ ਨੇ ਜਿਸ 'ਚ ਉਹਨੇ ਲਿਖਿਆ ਈਵਨ ਕਿ ਅਗਲੇ ਦਿਨ ਬਿਆਨ ਵੀ ਆਇਆ ਅਖਬਾਰ ਦੇ ਵਿੱਚ ਬਿਆਨ ਆਇਆ ਸੁਪਰੀਮ ਕੋਰਟ ਦਾ ਬਈ ਜਿਹੜੀ ਇਹ ਜਜਮੈਂਟ ਹੈ ਅਸੀਂ ਇਹ ਜਜਮੈਂਟ ਕੋਈ ਅਸੀਂ ਡਿਲੀਊਟ ਨਹੀਂ ਹੋ ਰਿਹਾ ਕੋਈ ਐਕਟ ਦੇ ਨਾਲ ਜਾਂ ਅਸੀਂ ਕਈ ਰਾਈਟ ਨਹੀਂ ਖੋ ਰਹੇ ਅਸੀਂ ਸਭ ਕੁਝ ਰਹਿ ਗਿਆ ਕੋਈ ਵੀ ਜੋ ਕੋਈ ਅਫੈਂਸ ਸਾਰਾ ਕੁਝ ਤੁਸੀਂ ਉਹਨਾਂ ਨੇ ਕੋਈ ਅਫੈਂਸ ਨਹੀਂ ਖਤਮ ਕੀਤਾ ਕੋਈ ਧਾਰਾ ਨਹੀਂ ਖਤਮ ਕਰਤੀ ਜਿਸ ਤੋਂ ਅਫੈਂਸ ਖੋਲਿਆ ਪ੍ਰੋਸੀਜਰ ਚੇਂਜ ਕਰਨ ਨਾਲ ਪ੍ਰੋਸੀਜਰ ਨੂੰ ਚੇਂਜ ਕਰਨ ਨਾਲ ਕੋਈ ਚੀਜ਼ ਡਿਲੀਊਟ ਨਹੀਂ ਹੁੰਦੀ ਇਹਨਾਂ ਨੂੰ ਪਤਾ ਸੀਗਾ ਵੀ ਜੇ ਇਹ ਬਿਲਕੁਲ ਐਕਟ ਖਤਮ ਕਰਤਾ ਫਿਰ ਤਾਂ ਹੋਰ ਉੱਤੇ ਅੱਗ ਲੱਗ ਜਾਣੀ ਹੈ ਅਸਲ ਦੇ ਵਿੱਚ ਹਾਂਜੀ ਹਾਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਮਤਲਬ ਭਾਜਪਾ ਨੇ ਵੀ ਜਦੋਂ ਸਿਆਸੀ ਤੌਰ ਤੇ ਮਤਲਬ ਉਹਨਾਂ ਦੇ ਖਿਲਾਫ ਜਾ ਰਹੀ ਸੀ ਗੱਲ ਤਾਂ ਮਤਲਬ ਉਹਨਾਂ ਨੇ ਤਾਂ ਕਰਕੇ ਰਿਵਿਊ ਪਟੀਸ਼ਨ ਇਹ ਪਾਈ ਹੈ ਇਸੇ ਗੱਲ ਕਰਕੇ ਪ੍ਰਧਾਨ ਮੰਤਰੀ ਨੂੰ ਵੀ ਬਾਅਦ ਵਿੱਚ ਇਹ ਬਿਆਨ ਦੇਣਾ ਪਿਆ ਵੀ ਅਸੀਂ ਰਿਜ਼ਰਵੇਸ਼ਨ ਖਤਮ ਨਹੀਂ ਕਰ ਰਹੇ ਹੈਗੇ ਅਸਲ ਦੇ ਵਿੱਚ ਜਿੰਨੀ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਮੂੰਹ ਦੇ ਉੱਤੇ ਤਾਂ ਅੰਬੇਦਕਰ ਆ ਮਨ ਦੇ ਵਿੱਚ ਮੰਨੂ ਹੀ ਹੈ ਅਤੇ ਉਹ ਸਾਰੀਆਂ ਪਾਰਟੀਆਂ ਆਪਣੀ ਵੋਟ ਬੈਂਕ ਨੂੰ ਬਚਾਉਣ ਦੇ ਲਈ ਇਹਦੇ ਨਾਲ ਲੱਗੇ ਹੋਈਆਂ ਨੇ ਅਤੇ ਅਦਰਵਾਈਜ਼ ਜੇ ਉਹਨਾਂ ਨੂੰ ਮਤਲਬ ਇਹ ਜ਼ਿਆਦਾ ਹਮਦਰਦੀ ਹੈ ਨਹੀਂ ਪਿਆਰੇ ਦਰਸ਼ਕੋ ਇਹ ਜਿਹੜਾ ਮਸਲਾ ਹੈ ਬਹੁਤ ਹੀ ਸੈਂਸਿਟਿਵ ਹੈ ਬਹੁਤ ਸੰਵੇਦਨਸ਼ੀਲ ਹੈ ਔਰ ਮੇਰਾ ਖਿਆਲ ਹੈ ਕਿ ਇੱਕ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਇਸ ਦੇ ਇੱਕੋ ਇੱਕ ਇਲਾਜ ਸੰਵਾਦ ਹੁੰਦਾ ਗੱਲਬਾਤ ਹੁੰਦੀ ਹੈ ਜਿਹਦੇ ਵਿੱਚ ਕਿਉਂਕਿ ਹੁਣ ਅਸੀਂ ਜ਼ਿਆਦਾ ਹੈ ਅਤੇ ਗੱਲ ਇਸ ਕਰਕੇ ਵੀ ਪੋਸੀਬਲ ਨਹੀਂ ਹੈ ਕਿਉਂਕਿ ਇਹ ਰਿਵਿਊ ਪਟੀਸ਼ਨ ਔਲਰੇਡੀ ਕੋਰਟ ਦੇ ਵਿੱਚ ਪਈ ਹੈ ਕੋਰਟ ਨੇ ਹਾਲੇ ਫੈਸਲਾ ਕਰਨਾ ਅਤੇ ਕੋਰਟ ਦਾ ਫੈਸਲਾ ਅਤੇ ਅਸੀਂ ਕੋਈ ਕਿਸੇ ਕਿਸਮ ਦੀ ਟਿੱਪਣੀ ਜਿਹੜੀ ਹੈ ਉਹ ਕਰਨੀ ਨਹੀਂ ਬਣਦੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਚੱਲਦੀਆਂ ਰਹਿਣਗੀਆਂ ਕੋਸ਼ਿਸ਼ ਅਸੀਂ ਕਰੀਏ ਕਿ ਸਾਡਾ ਜਿਹੜਾ ਭਾਈਚਾਰਾ ਹੈ ਉਹ ਲਗਾਤਾਰ ਬਣਿਆ ਰਹੇ ਇਸੇ ਆਸ ਨਾਲ ਇਸੇ ਅਰਦਾਸ ਨਾਲ ਕਿ ਹਿੰਦੁਸਤਾਨ ਦੇ ਸਾਰੇ ਲੋਕ ਜਿਹੜੇ ਬਰਾਬਰਤਾ ਵੱਲ ਰਹਿਣ ਔਰ ਜਿਹੜੀ ਹੈ ਸੁੱਖ ਸ਼ਾਂਤੀ ਵਿਦੇਸ਼ ਦੀ ਬਣੀ ਰਹੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਪਿਆਰੇ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ